ਮੇਲੇ ਤੇ ਗਈ ਇੱਕ ਬਜ਼ੁਰਗ ਮਹਿਲਾ ਦੀ ਦਰਦਨਾਕ ਮੌਤ ਹੋਈ ਹੈ। ਮੇਲੇ ਦੇ ਵਿੱਚ ਕੋਲਡ ਡਰਿੰਕ ਵੈਨ ਖੜੀ ਸੀ, ਚਾਰਜਿੰਗ ਤੇ ਲੱਗੀ ਹੋਈ ਸੀ, ਤਾਂ ਉਸਦੇ ਵਿੱਚੋਂ ਕਰੰਟ ਆਇਆ ਔਰ ਇਹ ਮਹਿਲਾ ਕਰੰਟ ਦੀ ਲਪੇਟ ਵਿੱਚ ਆ ਗਈ। ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਦੇ ਵਿੱਚ ਮੇਲਾ ਲੱਗਿਆ ਹੋਇਆ ਸੀ। ਤੜਕੇ ਤੜਕੇ ਇਹ ਬਜ਼ੁਰਗ ਮਹਿਲਾ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕਣ ਗਈ ਸੀ, ਤਾਂ ਕੋਲਡ ਡਰਿੰਕ ਵੈਨ ਦੇ ਕੋਲ ਖੜ ਗਈ। ਜਿਉਂ ਹੀ ਉਸਨੂੰ ਹੱਥ ਲੱਗਿਆ ਤਾਂ ਉਸਦੇ ਵਿੱਚੋਂ ਕਰੰਟ ਨਿਕਲਿਆ, ਜਿਸ ਨੇ ਇਸ ਮਹਿਲਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਕਿ ਕੋਲਡ ਡਰਿੰਕ ਵੈਨ ਦੇ ਮਾਲਕ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਅਜਿਹੀਆਂ ਵੈਨਾਂ ਦੇ ਕੋਲ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ ਔਰ ਨਾ ਹੀ ਇਸ ਚੀਜ਼ ਦਾ ਉਹਨਾਂ ਦੇ ਵੱਲੋਂ ਧਿਆਨ ਰੱਖਿਆ ਗਿਆ। ਤਾਂ ਮੇਲੇ ਤੇ ਗਈ ਬਜ਼ੁਰਗ ਮਹਿਲਾ ਨੂੰ ਕਰੰਟ ਲੱਗਿਆ, ਚਾਰਜਿੰਗ ਤੇ ਇਹ ਕੋਲਡ ਡਰਿੰਕ ਦੀ ਵੈਨ ਖੜੀ ਸੀ, ਇਸ ਵੈਨ ਤੋਂ ਹੀ ਬਜ਼ੁਰਗ ਨੂੰ ਕਰੰਟ ਲੱਗਿਆ। ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਦੇ ਵਿੱਚ ਇਹ ਮੇਲਾ ਲੱਗਿਆ ਹੋਇਆ ਸੀ। ਇਹ ਬਜ਼ੁਰਗ ਮਹਿਲਾ ਪਰਿਵਾਰ ਦੇ ਨਾਲ ਉੱਥੇ ਮੱਥਾ ਟੇਕਣ ਗਈ ਸੀ ਔਰ ਕੋਲਡ ਡਰਿੰਕ ਦੀ ਵੈਨ ਦੇ ਵਿੱਚੋਂ ਇਸ ਮਹਿਲਾ ਨੂੰ ਕਰੰਟ ਲੱਗਿਆ। ਮੌਕੇ ਤੇ ਹੀ ਇਸਦੀ ਮੌਤ ਹੋ ਗਈ। ਸਾਡੇ ਲਾਗੇ ਪਿੰਡ ਕੋਟ ਦਾ ਮੇਲਾ ਲੱਗਦਾ ਜੀ, ਕੋਟ ਪਿੰਡ। ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬੈਠਣ ਲੱਗੇ, ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਸੀਗੀ ਤੇ ਉਹਦੇ ਨਾਲ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਛ ਵੀ ਕਹਿ ਲਓ, ਨਾਲ ਲੱਗ ਗਏ ਉਹ ਤੇ ਉਹਨੂੰ ਕਰੰਟ ਲੱਗ ਗਿਆ, ਜਿਹਦੇ ਕਾਰਨ ਉਹਨਾਂ ਦੀ ਜਾਨ ਚਲੇ ਗਈ। ਅਤੇ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਵੀ ਇਹੋ ਜਿਹੀ ਗੱਡੀਆਂ ਸਖ਼ਤ ਨੋਟਿਸ ਲਵੇ, ਪਰਚਾ ਦਰਜ ਕਰਨਾ ਚਾਹੀਦਾ ਵਾ, ਜਿਹਦੇ ਕਰਕੇ ਸਾਡਾ ਉਹ ਏਡਾ ਵੱਡਾ ਘਾਟਾ ਪਿਆ। ਠੰਡ ਪੀਣ ਲੱਗੇ ਸੀਗੇ ਕੁਛ? ਨਹੀਂ ਨਹੀਂ, ਗੱਡੀ ਖੜ ਕੇ ਕਰੰਟ ਛੱਡ ਕੇ ਗਿਆ ਹੋਇਆ ਸੀਗਾ। ਅੱਛਾ, ਟਾਈਮ ਸੀ, ਕੋਈ ਛੱਡਿਆ ਨੀ, ਕੋਈ ਨੀ, ਇਹ ਇਹਨਾਂ ਦੀ ਗਲਤੀ ਹੈ, ਪ੍ਰਸ਼ਾਸਨ ਨੂੰ ਜਗਣਾ ਚਾਹੀਦਾ ਵਾ, ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਆ, ਇੱਕ ਲੱਖਾਂ ਲੋਕਾਂ ਦੀ ਜਾਨ ਜਾ ਸਕਦੀ ਹੈ। ਕੀ ਮਾਮਲਾ ਹੋਇਆ? ਕਹਿੰਦੇ ਕੋਟ ਦੇ ਮੇਲੇ ਦੇ ਵਿੱਚ ਇੱਕ ਮਾਤਾ ਦੀ ਡੈਥ ਹੋਈ ਹੈ। ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟ ਗੰਗੂਰ ਹੈ, ਨਾਗ ਭਾਗ ਦਾ ਮੇਲਾ ਲੱਗਦਾ ਜੀ। ਉਸ ਸਾਰੇ ਮਤਲਬ ਪਿੰਡ ਦੀ ਨੇੜੇ ਨੇੜੇ ਪਿੰਡਾਂ ਦੀ ਆਸਥਾ ਸਾਡੇ, ਅਸੀਂ ਮੱਥਾ ਟੇਕਣ ਜਾਂਦੇ ਹਾਂ ਹਰ ਸਾਲ ਦੀ ਤਰ੍ਹਾਂ। ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ। ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ, ਇੱਕ ਨਾਲ ਗੱਡੀ ਖੜੀ ਸੀ, ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੋਇਆ ਸੀਗਾ। ਕਿਹੜੀ ਗੱਡੀ ਸੀ? ਗੱਡੀ ਉਹ ਕੋਈ ਠੰਡੇ ਵਾਲੀ ਸੀਗੀ, ਜਿਹੜੀ ਮਤਲਬ ਆਮ ਆਪਾਂ 10 ਰੁਪਏ ਦਾ ਠੰਡਾ ਪੀਂਦੇ ਹਾਂ, ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦਾ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ। ਜਦ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਹੋਇਆ ਸੀ, ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ। ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗੁਰਮੀਤ ਕੌਰ ਦੀ ਡੈਥ ਹੋ ਗਈ, ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਵਾਲੀ ਨੁਕਸਾਨ ਨਾ ਹੋਵੇ। ਪੁਲਿਸ ਕੰਪਲੇਂਟ ਜੀ ਹੁਣ ਮਤਲਬ ਇੱਥੇ ਸਿਵਲ ਹੋਸਪਿਟਲ ਲੈ ਕੇ ਆਇਆ ਇਹਨਾਂ ਨੇ, ਮੋਸਚਰੀ ਦੇ ਵਿੱਚ ਮਤਲਬ ਡੈਡ ਬੋਡੀ ਰੱਖਤੀ ਹੈ, ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਉਹ ਅੱਗੇ ਮਤਲਬ ਕੀਤੀ ਜਾਵੇ। ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ, ਤੇ ਸਵੇਰੇ ਆਇਆ ਸੀ ਪੇਸ਼ੈਂਟ ਡੈਡ ਸੀਗਾ, ਇਲੈਕਟ੍ਰਿਕ ਸ਼ੋਕ ਨਾਲ ਉਹਨਾਂ ਦੀ ਡੈਥ ਹੋਈ ਤੇ ਆਪਾਂ ਬੋਡੀ ਜਿਹੜੀ ਮੋਸਚਰੀ ਸ਼ਿਫਟ ਕਰਤੀ ਹੈ ਤੇ ਉਹਦੇ ਪੋਸਟਮਾਰਟਮ ਹੋਏਗਾ।
ਕੀ ਇਲੈਕਟ੍ਰਿਕ ਸ਼ਾਰਟ ਕਿਵੇਂ ਲੱਗਿਆ ਹੋਵੇ ਦੱਸਿਆ ਕੁਛ ਉਹਨਾਂ ਨੇ? ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਹੈ ਉਹਦੇ ਹਿਸਾਬ ਨਾਲ ਤਾਂ ਜਿਹੜੀ ਕੋਟਿਕ ਵਾਲੀ ਬੈਂਡ ਹੁੰਦੀ ਹੈ ਜਿਹੜੀ ਮੇਲੇ 'ਤੇ ਲਗਾਈ ਜਾਂਦੀ ਹੈ ਉਹਨਾਂ ਦੀ ਵਾਇਰਸ ਤੋਂ ਹੀ ਕਰੰਟ ਲੱਗਿਆ ਲੱਗਿਆ ਕਿਸ ਕਿਵੇਂ ਹੱਥ ਨਾਲ ਲੱਗਿਆ ਕਿਵੇਂ ਲੱਗਿਆ? ਫਿੱਟ 'ਤੇ ਸੀਗਾ ਇੰਜਰੀ ਦਾ ਨਾਲ।